ਇਹਦਾ ਅਸੀਂ ਇੱਕ ਬੋਡੀ ਰੈਪ ਕਰਿਆ ਇਹਨੂੰ ਲੇਟੈਸਟ ਮਾਡਲ 'ਚ ਅਸੀਂ ਇਹਦੀ ਹੈਡਲੈਂਪਸ ਟੇਲ ਲੈਂਪ ਆਪਾਂ ਡਿਟੇਲ ਹਾਂਜੀ ਹਾਂਜੀ ਇਹ ਬਿਲਕੁਲ ਲੇਟੈਸਟ ਮਾਡਲ ਹੈਗਾ ਇਸ ਟਾਈਮ ਸਪੋਰਟ 'ਚ ਤੁਸੀਂ ਦੇਖਣੇ ਤੁਹਾਨੂੰ ਇਹ ਲੋਏ ਕੰਪਨੀ ਵੱਲੋਂ ਮਿਲੂਗਾ ਪਰ ਇਹ ਭਾਈ ਤੁਸੀਂ ਦੇਖ ਸਕਦੇ ਹੋ ਪਿੱਛੋਂ ਵੀ ਸਾਰੀ ਗੱਡੀ ਲਾਈਟਸ ਬਹੁਤ ਹੀ ਸੋਹਣੀਆਂ ਇਹ ਗੱਡੀ ਦਾ ਸਟੋਕ ਸਟੇਅਰਿੰਗ ਸੀਗਾ ਜੀ ਜੋ ਕੰਪਨੀ ਵੱਲੋਂ ਆਉਂਦਾ ਹੈ ਠੀਕ ਹੈ ਹੁਣ ਅਸੀਂ ਸਟੇਅਰਿੰਗ ਜੋ ਇੰਸਟਾਲ ਕਰਿਆ ਉਹ ਆਪਣਾ M5 ਸਪੋਰਟਸ ਚੀਜ਼ਾਂ ਦੇਖ ਸਕਦੇ ਹੋ ਵੀ ਇਹ ਇਹਦੇ ਪੁਰਾਣੇ ਮੀਟਰ ਸੀ ਆਹ ਭਾਈ ਨੇ ਨਵਾਂ ਡਿਸਟਲ ਪਾਤਾ ਇਹ ਇਹਦਾ ਇੱਥੇ ਵਾਲਾ ਸੈਟਅਪ ਸੀ ਠੀਕ ਹੈ ਇਹ ਬਾਈ ਨੇ ਇਹ ਵੀ ਨਵਾਂ ਪਾਤਾ ਠੀਕ ਹੈ ਪੁਰਾਣੇ ਵਾਲੀ ਗੇਅਰ ਨੋਬ ਸੀ ਆਹ ਬਾਈ ਨੇ ਨਵੀਂ ਪਾਤੀ ਇਹ ਲੇਟੈਸਟ ਵਾਲੀ ਹੈ ਹਨਾ ਇਹ ਲੇਟੈਸਟ ਹੈ ਜੀ ਕ੍ਰਿਸਟਲ ਗੇਅਰ ਨੋਬ ਯਾਰ ਇਹ ਤਾਂ ਸਾਰਾ ਤੁਸੀਂ ਇੰਟੀਰੀਅਰ ਹੀ ਬਦਲਤਾ ਇਹਦਾ ਬੇਸਿਕ ਹਾਂਜੀ ਵੀ ਦੋਸਤੋ ਕੀ ਹਾਲ ਚਾਲ ਨੇ ਮੈਂ ਹੈਗਾ ਦਿਆਕਰਨ ਤੁਸੀਂ ਦੇਖ ਰਹੇ ਹੋ ਦਿਆਕਰਨ ਵਲੌਗਸ ਜਿਵੇਂ ਕਿ ਤੁਹਾਡੇ ਵਾਸਤੇ ਛੋਟੇ ਛੋਟੇ ਵੱਡੇ ਵੱਡੇ ਅਪਡੇਟਸ ਲੈ ਕੇ ਆਉਂਦੇ ਰਹਿੰਦੇ ਆ ਤੇ ਜਿਵੇਂ ਤੁਹਾਨੂੰ ਪਤਾ ਕਿ ਮੋਡੀਫਿਕੇਸ਼ਨ ਨੂੰ ਅਸੀਂ ਆਲਵੇਜ਼ ਪ੍ਰੈਫਰੈਂਸ ਦਿੰਦੇ ਹਾਂ ਹਾਈਬ੍ਰਿਡ ਕਸਟਮ ਨੂੰ ਬਾਈ ਕੀ ਹਾਲ ਚਾਲ ਨੇ ਠੀਕ ਠਾਕ ਨੇ ਵੈਲਕਮ ਅਗੇਨ ਤੇ ਬਾਈ ਨੇ ਵੈਸੇ ਬਹੁਤ ਸਾਰਾ ਕੰਮ ਕੀਤਾ ਪਰ ਮੈਂ ਬਿਜ਼ੀ ਹੋਣ ਕਰਕੇ ਮੈਂ ਕਵਰ ਅਪ ਨਹੀਂ ਕਰ ਪਾਇਆ ਤੇ ਬਾਈ ਨੂੰ ਥੋੜਾ ਜਿਹਾ ਅਸੀਂ ਫਿਰ ਉਹਦੇ ਲਈ ਕਨਵਿੰਸ ਕੀਤਾ ਕਿ ਤੁਸੀਂ ਆਪਣੇ ਇੰਸਟਾਗ੍ਰਾਮ ਤੇ ਰੀਲਸ ਵਗੈਰਾ ਤੇ ਉਹ ਪਾਓ ਸ਼ਾਰਟਸ ਤੇ ਤੁਸੀਂ ਉਹ ਤੇ ਵਾਵਾ ਐਕਟਿਵਨੈਸ ਅੱਜ ਕੱਲ ਦਿਖਾਈ ਆ ਮਿਲਾਦਾ ਹਨਾ ਤੇ ਇਸ ਕਰਕੇ ਉਹ ਚੀਜ਼ ਆ ਬਾਈ ਦੇ ਖੁਦ ਦੇ ਪੇਜ ਤੇ ਖੁਦ ਦੇ ਲਾਈਕ ਤੁਸੀਂ ਜਾ ਕੇ ਫੋਲੋ ਅਪ ਕਰਕੇ ਤੇ ਉੱਥੇ ਅਪਡੇਟ ਲੈ ਸਕਦੇ ਹੋ ਹਾਈਬ੍ਰਿਡ ਕਸਟਮ ਦਾ ਮੈਂ ਥੱਲੇ ਮੈਂਸ਼ਨ ਵੀ ਕੀਤਾ ਹੋਇਆ ਤੇ ਅੱਜ ਜਿਹੜਾ ਸਾਡੇ ਕੋਲ ਸਪੈਸ਼ਲ ਕੰਟੈਂਟ ਹੈਗਾ ਵੈਸੇ ਬਾਈ ਉਹ ਹੈਗਾ ਸਾਡੇ ਕੋਲ BMW ਹਨਾ ਤੇ ਜਿਹੜੀ ਕਿ ਮੇਜਰ ਸਾਡੇ ਅੱਜ ਜਿਹੜੀ ਹਾਈਲਾਈਟ ਵਾਲੀ ਸਾਡੇ ਕੋਲ ਚੀਜ਼ ਹੈਗੀ ਕਿਉਂਕਿ ਕਨਵਰਜਨ ਦਾ ਟ੍ਰੈਂਡ ਚੱਲ ਰਿਹਾ ਇਸ ਟਾਈਮ ਕਿਉਂਕਿ ਕੋਵਿਡ ਤੋਂ ਬਾਅਦ ਲੋਕ ਨਵੀਆਂ ਗੱਡੀਆਂ ਵਾਲੇ ਘੱਟ ਭੱਜ ਰਹੇ ਤੇ ਪੁਰਾਣੀਆਂ ਨੂੰ ਹੀ ਕਨਵਰਟ ਕਰ ਰਹੇ ਥੋੜ੍ਹਾ ਜਿਹਾ ਤੇ ਜਿਵੇਂ ਕਿ ਪਿੱਛੇ ਜੇ ਆਪਾਂ ਤੁਹਾਨੂੰ ਫੋਰਚੂਨਰਸ ਕਨਵਰਟ ਕਰਦੀਆਂ ਦਿਖਾਈਆਂ ਸੀ ਆਪਣੇ ਵਾਲੀ ਵੀ ਮੇਰੀ ਗੱਡੀ ਦਾ ਸਾਰਾ ਕੰਮ ਹੋਇਆ ਸੀ ਤੇ ਅੱਜ ਪਰ ਇਹ ਥੋੜ੍ਹੇ ਪ੍ਰੀਮੀਅਮ ਸੈਗਮੈਂਟ ਵੱਲ ਅਸੀਂ ਗਏ ਹਾਂ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਮੈਂ ਘੱਟ ਪੋਸਟ ਕੀਤੀਆਂ ਸੀ ਪਰ ਆਪਾਂ ਹੁਣ ਇਹਨੂੰ ਕਰਾਂਗੇ ਤੇ ਬਾਈ ਜੀ ਮੈਨੂੰ ਹੁਣ ਪਹਿਲੀ ਤਾਂ ਗੱਲ ਆ ਵੀ ਕੁਛ ਥੋੜ੍ਹਾ ਜਿਹਾ ਮੇਰੇ ਵਿਊਵਰਸ ਨੂੰ ਆਪਣੇ ਬਾਰੇ ਦੱਸ ਵੀ ਦਿਓ ਕਿ ਆਪਾਂ ਕਿੱਦਾਂ ਦਾ ਕੰਮ ਕਰਦੇ ਹਾਂ ਤੇ ਕਿੱਥੇ ਆਪਣਾ ਸਟੋਰ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰੇ ਵਿਊਵਰਸ ਨੂੰ ਤੇ ਸਾਡਾ ਸਟੋਰ ਹੈਗਾ ਜੀ ਲੋਕੇਟਡ ਮਨੀ ਮਾਜਰਾ ਸੈਕਟਰ 13 ਚੰਡੀਗੜ੍ਹ ਦੇ ਵਿੱਚ ਅਸੀਂ ਛੋਟੀ ਵੱਡੀ ਸਾਰੀ ਪ੍ਰੀਮੀਅਮ ਸੈਗਮੈਂਟ SUV ਸੈਗਮੈਂਟ ਸਾਰੀ ਗੱਡੀਆਂ ਦਾ ਕੰਮ ਕਰਦੇ ਹਾਂ ਆਲ ਓਵਰ ਕਸਟਮ ਵਰਕ ਇੰਟੀਰੀਅਰ ਪੇਂਟ ਜੋਬ ਅਸੈਸਰੀ ਆਡੀਓ ਅਪਗ੍ਰੇਡ ਜਿੱਦਾਂ ਵੀ ਤੁਹਾਨੂੰ ਕਸਟਮਰ ਰਿਕੁਆਇਰਮੈਂਟ ਹੁੰਦੀ ਹੈ ਹੈਡਲੈਂਪਸ ਅਪਗ੍ਰੇਡ ਸਾਰੀ ਤਰ੍ਹਾਂ 'ਚ ਅਸੀਂ ਡੀਲ ਕਰਦੇ ਹਾਂ ਬਟ ਓਨਲੀ ਮਕੈਨੀਕਲ ਨੂੰ ਨਹੀਂ ਆਪਾਂ ਕਰਦੇ ਪਰ ਕਰਵਾ ਦਿੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਇਹ ਗੱਲ ਇੱਕ ਖਾਸ ਤੁਹਾਨੂੰ ਦੱਸਣ ਵਾਲੀ ਸੀਗੀ ਅਤੇ ਇਹ ਦੱਸਦੀ ਹੁਣ ਬਟ ਆਪਾਂ ਵਲੌਗ ਲੰਬਾ ਨਹੀਂ ਰੱਖਾਂਗੇ ਪਰ ਅਸੀਂ ਰੀਲਸ ਅਸੀਂ ਬਹੁਤ ਜ਼ਿਆਦਾ ਇਨਫੋਰਮੇਸ਼ਨਲ ਆਪਣੇ ਇੰਸਟਾਗ੍ਰਾਮ ਚੈਨਲਸ ਦੇ ਉੱਤੇ ਅਸੀਂ ਪਾਈਆਂ ਨੇ ਜਿਹੜੀਆਂ ਕਿ ਲਾਈਕ ਸਾਰੀ ਕੋਲੈਬੋਰੇਸ਼ਨ ਨਾਲ ਤੁਸੀਂ ਉਹ ਜ਼ਰੂਰ ਦੇਖਿਓ ਹੁਣ ਬਾਈ ਆਪਾਂ ਜ਼ਿਆਦਾ ਟਾਈਮ ਨਹੀਂ ਖਿੱਚਦੇ ਅੱਜ ਇਹ ਕਿਹੜਾ ਮਾਡਲ ਹੈ ਅਤੇ ਇਹਦੇ 'ਚ ਕੀ ਕੀਤਾ ਹੈ ਇਹ BMW 525D ਮਾਡਲ ਹੈਗਾ ਜੀ 2010 ਜਿਹਨੂੰ ਜਰਮਨ ਕੋਡ ਇਹਦਾ ਹੈਗਾ F10 ਬੇਸਿਕਲੀ BMW F10 ਨਾਲ ਨਾਮ ਇਹ ਜਾਣੀ ਜਾਂਦੀ ਹੈ ਇਹਦੀ ਬੋਡੀ ਸ਼ੇਪ ਹੈ ਉਹ F10 ਦੀ ਹੈਗੀ ਪਰ ਇਹ ਹੁਣ ਤਾਂ ਲੱਗਣ ਨਹੀਂ ਡਈ ਇਹ ਤੇ ਮੈਨੂੰ ਲੇਟੈਸਟ ਵਾਲੀ ਲੱਗਣ ਡਈ ਕਿਉਂਕਿ BMW ਨੇ ਹੀ ਆ ਨਾਡੋ ਗ੍ਰੇ ਕਲਰ ਲਾਂਚ ਕੀਤਾ ਸੀ ਹਾਂਜੀ ਹਾਂਜੀ ਤੇ ਇਹ ਆਪਾਂ ਫਿਰ ਇਹਨੂੰ ਹੁਣ ਕਨਵਰਟ ਕਿਚ ਕੀਤਾ ਲੇਟੈਸਟ ਮਾਡਲ 'ਚ ਇਹ ਗੱਡੀ ਦਾ ਅਸੀਂ ਇੱਕ ਬੋਡੀ ਰੈਪ ਕਰਿਆ ਇਹਨੂੰ ਲੇਟੈਸਟ ਮਾਡਲ 'ਚ ਅਸੀਂ ਇਹਦੀ ਹੈਡਲੈਂਪਸ ਟੇਲ ਲੈਂਪ ਆਪਾਂ ਡਿਟੇਲ 'ਚ ਦੱਸ ਦਿੰਦੇ ਹਾਂ ਨਾਲ ਹਾਂਜੀ ਆ ਜੋ ਵੀ ਡਿਟੇਲ 'ਚ ਦੱਸਦੇ ਹਾਂ ਤੇ ਬੇਸਿਕਲੀ ਬਾਈ ਪਹਿਲੀ ਤਾਂ ਗੱਲ ਇਹ ਕਲੀਅਰ ਕਰੋ ਵੀ ਆਪਾਂ ਕਲਰ ਇਹ ਰੈਪ ਕੀਤਾ ਕਿ ਕਲਰ ਬੋਡੀ ਰੈਪ ਕਰੀ ਨਾਡੋ ਗ੍ਰੇ ਦੇ ਵਿੱਚ ਅੱਛਾ ਇਹ ਰੈਪ ਵੀ ਆ ਗਿਆ ਹਾਂਜੀ ਹਾਂਜੀ ਠੀਕ ਹੈ ਨਾਡੋ ਗ੍ਰੇ ਰੈਪ ਕਰਿਆ ਅਸੀਂ ਮਤਲਬ ਗੱਡੀ ਦੀ ਬੋਡੀ ਲਾਈਨ ਸਾਫ਼ ਸੀਗੀ ਠੀਕ ਹੈ ਅਸੀਂ ਇਹ ਮੇਨਲੀ ਤਾਂ ਕਰਕੇ ਅਸੀਂ ਇਹਨੂੰ ਰੈਪ ਕਰਿਆ ਜੇ ਰੈਪ ਕਿਸੇ ਨੇ ਕਰਾਉਣਾ ਤਾਂ ਉਹਦਾ ਮੇਜਰ ਆਪਾਂ ਨੂੰ ਕੀ ਵੇਖਣਾ ਪੈਂਦਾ ਵੀ ਗੱਡੀ ਦੀ ਬੋਡੀ ਵਧੀਆ ਹੈ ਜਾਂ ਕੀ ਚੱਕਰ ਹੁੰਦਾ ਪੇਂਟ ਖਰਾਬ ਹੋਇਆ ਹੁੰਦਾ ਤਾਂ ਬੇਸਿਕਲੀ ਜੋ ਆਪਣਾ ਬੋਡੀ ਰੈਪ ਦੇ ਬੋਡੀ ਲਾਈਨ ਵਧੀਆ ਸੀ ਗੱਡੀ ਦੀ ਪੇਂਟ ਕੰਡੀਸ਼ਨ ਇੱਕਦਮ A1 ਸੀਗੀ ਰਿਕੁਆਇਰਮੈਂਟ ਸੀ ਨਹੀਂ ਮੇਨਲੀ ਇਹਨੂੰ ਸਪੋਰਟੀ ਲੁੱਕ ਦੇਣ ਲਈ ਅਸੀਂ ਨਾਡੋ ਗ੍ਰੇ ਰੈਪ ਕਰਿਆ ਗੱਡੀ ਨੂੰ ਆਪਾਂ ਰੈਪ ਵੈਸੇ ਲਾਈਕ ਇਦਾਂ ਇਹ ਫਟਦਾ ਫੁੱਟਦਾ ਜਾਂ ਇਹਦਾ ਕੋਈ ਧਿਆਨ ਰੱਖਣਾ ਰੈਪ ਹੈਗਾ ਜਿਹਦਾ ਸੈਲਫ ਫੀਲ ਹੈਗਾ ਹੁਣ ਜੇ ਮਾਈਨਰ ਸਕ੍ਰੈਚ ਵੀ ਇਸ ਤੇ ਲੱਗ ਜਾਂਦਾ ਜਿੱਦਾਂ ਆਪਣੀ PPF ਹੁੰਦੀ ਹੈ ਉਦਾਂ ਸੈਲਫ ਫੀਲ ਹੋ ਜਾਂਦਾ ਉਹ ਹੋ ਜਾਂਦਾ ਠੀਕ ਹੈ ਹਾਂਜੀ ਹਾਂਜੀ ਇਸ ਕਰਕੇ ਬਈ ਇਹ ਸਾਰਾ ਰੈਪ ਕਰਿਆ ਹੋਇਆ ਗੱਡੀ ਨੂੰ ਠੀਕ ਹੈ ਤੇ ਬਈ ਕਿੰਨਾ ਕੁ ਟਾਈਮ ਲੱਗਦਾ ਨਾਲ ਨਾਲ ਦੱਸੀ ਵਜਾ ਉਹਦੇ ਕਿੰਨੀ ਕੁ ਕਾਸਟਿੰਗ ਹੈ ਹਰੇਕ ਚੀਜ਼ ਦੀ ਹੈਗੀ ਆਈਡੀਆ ਜਾਂ ਓਕੇ
ਹੁਣ ਜਦੋਂ BMW ਦੀ ਕੰਡੀਸ਼ਨ ਗੱਡੀ ਦੀ ਚੰਗੀ ਸੀਗੀ ਤਾਂ ਇਹਨੂੰ ਜੋ ਇਹਦਾ ਕੋਸਟ ਅਰਾਊਂਡ ਆਈ ਹੈ 45 to 50 ਹਜ਼ਾਰ ਰੁਪਏ ਦੀ ਰੈਪ ਦੀ। ਬੇਸਿਕਲੀ ਗੱਡੀ ਜੇ ਸਾਡੇ ਲਈ ਸਾਡੇ ਕੋਲ ਰੈਪ ਲਈ ਆਊਗੀ ਉਹਨੂੰ 2 to 3 ਦਿਨ ਲੱਗਦੇ ਆ। ਠੀਕ ਹੈ, ਇਕੱਲੇ ਰੈਪ ਲਈ, ਇਕੱਲੇ ਰੈਪ ਦੇ ਲਈ। ਠੀਕ ਹੈ, ਹੁਣ ਕੁਛ ਕੰਮ ਐਡ ਆਨ ਹੋ ਜਾਂਦੇ ਆ, ਜਿੱਦਾਂ ਹੁਣ ਡਿਟੇਲਿੰਗ ਵਗੈਰਾ ਕਰਨੀ ਹੈ, ਬਲੈਕ ਥੱਲੇ ਕਾਰਬਨ ਫਾਈਬਰ ਡਿਟੇਲਿੰਗ ਤੁਸੀਂ ਦੇਖ ਰਹੇ ਹੋ। ਅੱਛਾ, ਇਹ ਵੀ ਆਪਾਂ ਇੱਥੇ ਹੀ ਕਰੀਏ ਹੈ ਨਾ? ਹਾਂਜੀ, ਇਹਦੇ ਮਾਈਨਰ ਚੀਜ਼ਾਂ ਬੜਾ ਗੱਡੀ ਦੀ ਡਿਟੇਲ ਕਰੀ ਹੋਈਆਂ, ਪਿਆਨੋ ਬਲੈਕ ਤੁਸੀਂ ਗਰਿਲ ਦੇਖ ਸਕਦੇ ਆ, ਨੰਬਰ ਪਲੇਟ ਦਾ ਫਰੇਮ ਵੀ, ਈਵਨ ਬੜੇ ਮਾਈਨਰ ਡਿਟੇਲਿੰਗ ਵਿੱਚ ਗੱਡੀ ਦਾ ਕੰਮ ਕਰਿਆ ਹੋਇਆ। ਹੁਣ ਕਾਫੀ ਡਿਟੇਲ ਚ ਗਏ ਹੋਏ ਫਰੇ ਸਰ, ਇਹ ਮੈਟ ਕਰਿਆ ਹੈ ਨਾ ਆਪਾਂ? ਹਾਂਜੀ, ਇਹ ਮੈਟ ਗਰਿਲ ਕਰੀ ਹੈ, ਇਹ ਬਿਲਕੁਲ ਨਵੀਂ ਜੋ LCI ਮਾਡਲ 'ਚ ਨਵੀਂ ਗਰਿਲ ਆ ਰਹੀ ਹੈ, ਸੇਮ ਉਹੀ ਗਰਿਲ ਗਏ। ਅਤੇ ਬੇਸਿਕਲੀ ਲਾਈਟਸ ਤੁਸੀਂ ਦੇਖ ਰਹੇ ਹੈ, ਇਹ ਵੀ ਲਾਈਟਸ ਵੀ ਇਹਦੀ ਚੇਂਜ ਕਰੀ ਹੋਈਆਂ, ਇਹ ਆਪਣਾ LCI ਮਾਡਲ ਦੀ ਲਾਈਟਸ ਹੈਗੀਆਂ। ਇਹ ਭਾਈ ਤੁਸੀਂ ਦੇਖ ਸਕਦੇ ਹੋ, ਲਾਈਟ ਵਰਕਿੰਗ ਚੈੱਕ ਕਰ ਸਕਦੇ ਆ ਯਾਰ, ਇਹ ਤੇ ਵਿਦ ਬਲੂ ਤੇ ਐਂਡ ਦੈਨ। ਹਾਂਜੀ ਹਾਂਜੀ, ਇਹ ਬਿਲਕੁਲ ਲੇਟੈਸਟ ਮਾਡਲ ਜੋ BMW F10 ਦੇ ਲਈ ਆਇਆ ਹੋਇਆ। ਓਕੇ ਬਾਈ, ਇਹ ਤੁਸੀਂ ਦੇਖ ਸਕਦੇ ਹੋ ਲੇਟੈਸਟ ਮਾਡਲ ਵਾਲੀਆਂ ਜਿਹੜੀਆਂ ਕਿ ਲਾਈਟਸ ਪਾਈਆਂ ਹੋਈਆਂ ਬਾਈ ਹੁਣਾਂ ਦੇ ਵਿੱਚ, ਤੇ ਪ੍ਰੋਪਰ ਉਹੀ ਨੇ, ਤੇ ਬਾਈ ਇਹ ਆਫਟਰ ਮਾਰਕੀਟ ਨੇ ਜਾਂ ਕੀ ਹੈ? ਇਹ ਆਫਟਰ ਮਾਰਕੀਟ ਹੈ, ਇਸ 'ਚ ਤੁਸੀਂ ਦੇਖ ਸਕਦੇ ਹੋ ਗੱਡੀ ਆਪਣੀ ਉਹੀ ਹੈ, ਇਹਦੇ ਕੋਈ ਬੋਡੀ ਦੀ ਚੇਂਜਸ ਨਹੀਂ ਅਸੀਂ ਕਰੀ ਇਸ ਲਾਈਟ ਨੂੰ ਪਾਉਣ ਲਈ। ਸਿੱਧਾ F10 ਮਾਡਲ 'ਚ ਡਾਇਰੈਕਟ ਫਿੱਟ ਹੈਗੀ ਹੈ, 2010 ਮਾਡਲ BMW ਮਿਲ ਜਾਂਦੀ ਹੈ। ਠੀਕ ਹੈ, ਤੇ ਬਾਈ ਜਿੱਦਾਂ ਹੁਣ ਇਹ ਚੀਜ਼ ਨੂੰ ਫਿਰ ਆਪਾਂ ਕੀ ਕਹਿੰਦੇ ਹਾਂ ਵੈਸੇ, ਕੀ ਬੋਡੀ? ਇਹਨੂੰ ਆਪਣਾ ਸਪਲਿਟਰ ਬੋਡੀ ਕਿੱਟ ਕਹਿੰਦੇ ਆ, ਜਾਂ ਯੂਨੀਵਰਸਲ ਹੁੰਦੀ ਹੈ, ਕਿਸੇ ਵੀ ਗੱਡੀ 'ਚ ਅਸੀਂ ਲਾ ਸਕਦੇ, ਸਾਰੀਆਂ 'ਚ ਲੱਗ ਜਾਂਦੀ ਹੈ, ਤੁਹਾਡੀ ਛੋਟੀ ਗੱਡੀ, ਵੱਡੀ ਗੱਡੀ, ਕਿਸੇ 'ਚ ਵੀ ਅਸੀਂ ਲਾ ਸਕਦੇ। ਠੀਕ ਹੈ ਬਾਈ, ਇਹ ਤੁਸੀਂ ਹੁਣ ਛੋਟੀ ਚੀਜ਼ਾਂ ਵੇਖੀ ਜਾਓ, ਬਾਕੀ ਬਾਈ ਕਾਲ ਕਰ ਲਿਓ ਬਾਈ ਜਰਾ ਡਿਟੇਲ ਵਾਸਤੇ। ਹੁਣ ਜੇ ਆਪਾਂ ਸਾਈਡ ਲੁੱਕ ਦੀ ਗੱਲ ਕਰ ਲਈਏ, ਸਾਈਡ ਲੁੱਕ 'ਚ ਇਹਦੇ ਸਟੋਕ ਲੋਏ ਆਉਂਦੇ ਸੀਗੇ ਅਰਾਊਂਡ ਆਪਣਾ 17 ਇੰਚ ਦੇ ਬਾਈ, ਮੇਰੇ ਹਿਸਾਬ ਨਾਲ। ਅੱਛਾ, ਇਹਨੇ ਬਾਈ ਨੇ? ਹਾਂਜੀ, ਇਹ ਸਪਾਈਡਰ ਲੋਏ ਹੈਗਾ BMW ਲਈ ਸਪੈਸੀਫਿਕ, ਐਮ ਸਪੋਰਟ 'ਚ ਤੁਸੀਂ ਦੇਖਣੇ, ਤੁਹਾਨੂੰ ਇਹ ਲੋਏ ਕੰਪਨੀ ਵੱਲੋਂ ਮਿਲੂਗਾ, ਪਰ ਇਹ ਆਫਟਰ ਮਾਰਕੀਟ ਰੈਪਲੀਕਾ ਮਾਡਲ ਇਸ 'ਚ ਅਸੀਂ ਲਾਇਆ। 19 ਇੰਚੀ ਚੈੱਕ ਕਰ ਸਕਦੇ, 245 ਯੋਕੋਹਾਮਾ ਦੇ ਟਾਇਰ ਹੈਗੇ ਆ। ਹਾਂ ਬਾਈ, ਇਹ ਟਾਇਰ ਸਾਈਜ਼ ਹੈਗਾ ਯੋਕੋਹਾਮਾ ਦਾ, ਬੇਸਿਕਲੀ ਇਹ ਟਾਇਰ ਹੈ, ਬਹੁਤ ਤਕੜਾ ਬ੍ਰਾਂਡ ਹੈ। ਅਤੇ 245-45-19 ਨੰਬਰ ਇਹ ਸਾਰਾ ਪਿਆ ਹੋਇਆ ਸੈਟਅਪ। ਠੀਕ ਹੈ, ਅਤੇ ਇਹਨੂੰ ਸੋਹਣੇ ਵੀ ਮੈਨੂੰ ਲੱਗਦਾ ਕਿ ਬਹੁਤ ਹੀ ਜਚੇ ਇਹਦੇ ਨਾਲ, ਹੈ ਨਾ? ਸਪੋਰਟੀ ਲੁੱਕ ਵੀ ਪ੍ਰੋਪਰ ਆਈ ਹੈ। ਹੁਣ ਫੈਂਡਰ ਅਤੇ DRL ਦੀ ਗੱਲ ਕਰੀਏ, ਉਹ ਸੇਮ ਪਿਆਨੋ ਬਲੈਕ ਫਿਨਿਸ਼ 'ਚ ਕਰਿਆ, ਕਿਉਂਕਿ ਅਸੀਂ ਗੱਡੀ 'ਚ ਬਾਕੀ ਕੰਮ ਕਰ ਚੁੱਕੇ ਹਾਂ ਪਿਆਨੋ ਬਲੈਕ ਦਾ। ਠੀਕ ਹੈ, ਪਿਆਨੋ ਬਲੈਕ ਤੁਹਾਨੂੰ ਸਾਈਡ ਮਿਰਰਸ 'ਤੇ ਦੇਖਣ ਨੂੰ ਮਿਲੇਗਾ ਗੱਡੀ 'ਚ। ਪਲੱਸ ਫਿਰ ਗੱਲ ਕਰੀਏ ਰੂਫ ਦੀ, ਇਹ ਰੂਫ ਤੁਹਾਨੂੰ ਕੋਲੋਂ ਦਿਖਾ ਦਿੰਦੇ ਹਾਂ ਬਾਈ। ਰੂਫ 'ਤੇ ਸਾਨੂੰ ਅਸੀਂ ਰੈਪ ਨਹੀਂ ਕਰਿਆ ਹੈਗਾ, ਇਹ ਰੂਫ ਕਰੀਏ ਅਸੀਂ ਬਲੈਕ PPF। ਠੀਕ ਹੈ, ਸਾਰੀ ਬਲੈਕ PPF ਕਰਨ ਕਰਕੇ ਕਿਆ, ਗੱਡੀ 'ਚ ਇੱਕ ਤਾਂ ਮੇਨਟੇਨੈਂਸ ਘੱਟ ਜਾਂਦੀ ਹੈ, ਦੂਜਾ ਇਸ 'ਤੇ ਜੋ ਸ਼ਾਈਨ ਇੱਦਾਂ ਹੀ ਮੇਨਟੇਨ ਰਹੇਗੀ, ਕਿਉਂਕਿ ਬਲੈਕ ਕਲਰ ਹੀ ਤੁਹਾਨੂੰ ਸ਼ਾਈਨ ਦਿਖ ਰਹੀ ਹੈ ਸਾਰਾ, ਇੱਦਾਂ ਐਜ਼ ਕੰਪੇਅਰ ਟੂ ਸਨਰੂਫ ਸੇਮ ਰਹੇਗੀ ਹੈ। ਠੀਕ ਹੈ ਬਾਈ, ਇਹਦੀ ਸਾਰੀ ਸਾਈਡ ਲੁੱਕ ਆ ਜਾਂਦੀ ਹੈ, ਤੁਸੀਂ ਇੱਧਰੋਂ ਦੇਖ ਸਕਦੇ ਹੋ ਗੱਡੀ ਦੀ ਬਹੁਤ ਹੀ ਸੋਹਣੀ ਲੁੱਕ ਹੈ। ਇਹ ਨਿੱਕੀਆਂ ਨਿੱਕੀਆਂ ਬਾਈ ਨੇ ਡਿਟੇਲਿੰਗ ਕਰੀਆਂ ਨੇ, ਜਿਵੇਂ ਕਿ ਲਾਈਕ ਆਪਾਂ ਉਹ ਕਰਤਾ ਆਪਣਾ ਪਿਆਨੋ ਬਲੈਕ ਫਿਨਿਸ਼ 'ਚ ਹੋ ਗਿਆ ਜੀ। ਠੀਕ ਹੈ, ਇਹ ਵੀ ਬਾਈ ਨੇ ਪਿਆਨੋ ਕਰਤਾ। ਠੀਕ ਹੈ, ਇਹ ਛੋਟੀ ਛੋਟੀ ਚੀਜ਼ਾਂ ਨੇ, ਹੁਣ 360 ਕੈਮਰਾ ਇੰਸਟਾਲ ਕਰੇ ਆ ਅਸੀਂ, ਕਿਉਂਕਿ ਹੁਣ ਗੱਡੀ ਸਾਡੀ ਹੁਣ ਆਪਾਂ ਕਰ ਲਈ ਹੈ ਅਪਡੇਟ, ਤਾਂ ਉਸ 'ਚ ਸੇਫਟੀ ਫੀਚਰ ਵੀ ਵੱਧਦੇ, ਸੇਫਟੀ ਫੀਚਰ ਵੀ ਵੱਧ, ਇਹ ਕਰਕੇ ਇਹ ਵੀ ਗੱਲ। ਠੀਕ ਹੈ, ਇਹ ਬਾਈ ਨਾਲ ਕਿੱਟ ਦਾ ਹੀ ਆਉਂਦਾ ਜੀ, ਕਿੱਟ ਦਾ ਪਾਰਟ ਹੈਗਾ, ਸਪਲਿਟਰ ਬੋਡੀ ਕਿੱਟ ਦਾ ਪਾਰਟ ਹੈ। ਸੇਮ ਸਾਨੂੰ ਇਹ ਲੋਏ ਸਾਈਜ਼ ਤੁਹਾਨੂੰ ਦੇਖਣ ਨੂੰ ਮਿਲੂਗਾ ਸਾਰਾ ਹੀ। ਇਹ ਬਾਈ ਆਪਣਾ ਹੁਣ ਤੁਸੀਂ ਚੈੱਕ ਕਰੋਗੇ, ਪਿਛਲਾ ਲੋਏ ਥੋੜਾ ਚੌੜਾ ਹੈ ਇਸ ਗੱਡੀ ਦਾ, ਹਾਂ ਫਰਕ ਹੈ ਅੱਗੇ ਨਾਲੋਂ, ਕਿਉਂਕਿ ਇਹ ਪ੍ਰੋਪਰ BMW ਦਾ ਲੋਏ ਹੈਗਾ, ਤੁਸੀਂ ਮਤਲਬ ਪ੍ਰੋਪਰ ਸਪੋਰਟਸ ਕਾਰ 'ਚ M5 ਮਾਡਲ ਦਾ ਲੋਏ ਹੈਗਾ, ਉਹੀ ਪਏ ਉਸੇ ਹਿਸਾਬ ਨਾਲ ਇਹ ਲੋਏ ਡਿਜ਼ਾਈਨ ਹੋਇਆ ਹੋਇਆ, ਕਿਉਂਕਿ ਰੀਅਰ ਵੀਲ ਡਰਾਈਵ ਹੁੰਦੀ ਹੈ, ਜਿੱਦਾਂ BMW ਤੁਹਾਨੂੰ ਪਤਾ ਹੀ ਹੈ ਸਪਿਨ ਵਗੈਰਾ ਨਾ ਕਰੇ। ਹਾਂ ਇਹ ਵੀ ਗੱਲ ਹੈਗੀ, ਇਸ ਕਰਕੇ ਬਾਈ ਇਹ ਚੀਜ਼ ਹੈ। ਅਤੇ ਇਹਦੀ ਸਾਰੀ ਬੈਕ ਲੁੱਕ ਆ ਜਾਂਦੀ ਹੈ ਬਾਈ, ਬੈਕ ਲਾਈਟਸ ਵੀ ਤੁਸੀਂ ਦੇਖ ਸਕਦੇ ਹੋ, ਅਤੇ ਇਹ ਵੀ ਕਾਫੀ ਬਾਈ ਨੇ ਚੇਂਜ ਕਰਤੀਆਂ ਜੀ, ਬਾਈ ਲੇਟੈਸਟ ਮਾਡਲ ਦੀ ਬੈਕ ਲੈਂਪਸ ਇਸ ਯੂਜ਼ ਕਰੇ ਹੋਏ ਆ, ਲੇਟੈਸਟ ਇਹ ਤੁਸੀਂ ਦੇਖ ਸਕਦੇ ਹੋ ਬਾਈ। ਅਤੇ ਇਹ ਬਾਈ ਕਵਰ ਅਪ ਕਿਆ ਚ, ਸਨੋਰਕਲ ਵਗੈਰਾ ਚ ਲਾਈ ਚ, ਆਪਾਂ ਸਨੋਰਕਲ ਸੌਰੀ ਚ ਐਗਜ਼ੌਸਟ ਵਗੈਰਾ ਵੀ ਲਾਇਆ? ਹਾਂ, ਐਗਜ਼ੌਸਟ ਇਸ 'ਚ ਨਹੀਂ ਲਾਇਆ ਹੈਗਾ, ਐਕਚੁਅਲੀ ਐਗਜ਼ੌਸਟ ਇਹਦਾ ਡਾਊਨ ਪਾਈਪ ਆਪਾਂ ਡਿਜ਼ਾਈਨ ਕਰ ਰਹੇ ਹਾਂ ਗੱਡੀ ਦੀ, ਇਨ ਫਿਊਚਰ ਇਸ 'ਚ ਲਾਉਂਗੇ। ਠੀਕ ਹੈ, ਇਹ ਬਾਈ ਤੁਸੀਂ ਦੇਖ ਸਕਦੇ ਹੋ ਡਿਟੇਲਿੰਗ ਕੀਤੀ ਹੋਈ ਨਿੱਕੀ ਨਿੱਕੀ, ਕਿਉਂਕਿ ਕਲਰ ਕੰਬੀਨੇਸ਼ਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀ, ਉਹ ਬਾਈ ਨੇ ਵੀ ਆਪਣਾ ਕਿੱਟ ਸਪਲਿਟਰ ਕਿੱਟ ਦਾ ਪਾਰਟ ਹੈ। ਠੀਕ ਹੈ,
ਇਹ ਬਾਈ ਤੁਸੀਂ ਦੇਖ ਸਕਦੇ ਹੋ ਪਿੱਛੋਂ ਵੀ ਸਾਰੀ ਗੱਡੀ, ਲਾਈਟਸ ਬਹੁਤ ਹੀ ਸੋਹਣੀਆਂ, ਅੱਜ ਕੱਲ੍ਹ ਟ੍ਰੈਂਡੇਬਲ ਚੀਜ਼ ਇਹੀ ਆ ਮੇਜਰ ਨਾ ਮਾਰਕੀਟ, ਤੁਹਾਡੇ BMW 5 ਸੀਰੀਜ਼ ਦੀ ਲੇਟੈਸਟ ਡਿਜ਼ਾਈਨ ਹੈ। ਠੀਕ ਹੈ, ਬਾਕੀ ਬਾਈ ਰੈਪ ਇੱਡੇ ਵਧੀਆ ਤਰੀਕੇ ਨਾਲ ਮੈਨੂੰ ਲੱਗਣ ਡਿਆ ਹੋਇਆ ਵੀ ਲੱਗਣ ਨਹੀਂ ਡਿਆ ਵੀ ਰੈਪ ਹੈ, ਪੇਂਟ ਹੀ ਲੱਗਣ ਡਿਆ ਹੈ। ਹਾਂਜੀ ਹਾਂਜੀ, ਇਹ ਪ੍ਰੋਪਰ ਟਕਿੰਗ ਨਾਲ ਕੀਤਾ ਹੋਇਆ ਰੈਪ ਸਿੰਗਲ, ਹੈ ਨਾ, ਸਾਰਾ ਨਾਲੇ ਉਹ ਕਰਿਆ ਹੋਇਆ ਸਿੰਗਲ ਲੇਅਰ ਦੇ ਵਿੱਚ, ਤੇ ਆਪਾਂ ਕਿਸੇ ਗੱਡੀ ਨੂੰ ਵੀ ਕਰਾ ਸਕਦੇ ਹਾਂ ਬੇਸਿਕਲੀ, ਹੈ ਨਾ। ਠੀਕ ਹੈ ਬਾਈ, ਇਹ ਵੀ ਚੀਜ਼ ਇੱਕ ਤੁਸੀਂ ਧਿਆਨ ਰੱਖ ਲਓ। ਹੁਣ ਆਪਾਂ ਗੱਲ ਕਰਦੇ ਤੇ ਅੰਦਰ ਦੀ, ਕਿਉਂਕਿ ਮੇਜਰ ਜਿਹੜਾ ਅੱਜ ਕੱਲ ਹਰੇਕ ਬੰਦਾ ਸਟੈਂਡ ਵਾ, ਅੱਜ ਕੱਲ ਇੰਟੀਰੀਅਰ ਦਾ ਵੀ ਹੈਗਾ, ਹੈ ਨਾ। ਅੱਗੇ ਹੁੰਦਾ ਸੀ ਚਲੋ ਵੀ ਅੰਦਰ ਦਾ ਕਰਾ ਲਿਆ, ਬਾਹਰ ਦਾ ਨਹੀਂ, ਅੱਜ ਕੱਲ ਬਾਹਰ ਦਾ ਵੀ ਆ ਤੇ ਅੰਦਰ ਦਾ ਵੀ ਚੱਲ ਰਿਹਾ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਆ ਜਾਓ ਬਾਈ, ਇਹ ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ ਹੁਣ ਆਪਾਂ ਗੱਡੀ ਐਕਚੁਅਲ ਦੇ ਵਿੱਚ। ਖੋਲ ਦਿਓ ਬਾਈ, ਖੋਲ ਦਈਏ। ਹਾਂਜੀ ਜੀ, ਖੋਲ ਦਿਓ ਜੀ, ਸਾਡੇ ਖੋਲਣ ਅੱਜ ਹੈਗਾ ਐਕਚੁਅਲ ਖਜ਼ਾਨਾ। ਇਹ ਬਾਈ ਤੁਸੀਂ ਅੰਦਰੋਂ ਲੁੱਕ ਕਰ ਸਕਦੇ ਹੋ, ਚੈੱਕ ਪਹਿਲਾਂ ਤੁਹਾਨੂੰ ਮੋਟਾ ਜਿਹਾ ਇੱਕ ਰਾਊਂਡ ਅਬਾਊਟ ਦੇ ਦਿੰਦਾ ਮੈਂ ਸਾਰਾ ਹੀ ਇਹਦਾ, ਤੇ ਇਹ ਤੁਸੀਂ ਦੇਖ ਸਕਦੇ ਹੋ ਪਿੱਛੋਂ ਤੱਕ ਵੀ ਸਾਰੀ ਗੱਡੀ। ਹੁਣ ਬਾਈ ਹੁਣੀ ਦੱਸਣਗੇ ਵਿੱਚ ਬਾਈ ਮੇਜਰ ਕੀ ਹੈ, ਕਿਉਂਕਿ ਚੇਂਜਸ ਮੈਨੂੰ ਇਹ 'ਚ ਕਾਫੀ ਲੱਗਣ ਡਿਆ ਆ। ਇਸ 'ਚ ਜਿੱਦਾਂ ਐਕਸਟੀਰੀਅਰ 'ਚ ਤੁਸੀਂ ਕਾਫੀ ਚੇਂਜਸ ਦੇਖੇ ਆ, ਅੰਦਰ ਵੀ ਕਾਫੀ ਚੇਂਜਸ ਅਸੀਂ ਕਰੇ ਆ ਗੱਡੀ ਦੇ ਅੰਦਰ, ਚੈੱਕ ਕਰ ਸਕਦੇ ਆ ਤੁਸੀਂ। ਬੇਸਿਕਲੀ ਸਭ ਤੋਂ ਮੇਜਰ ਅਪਗ੍ਰੇਡ ਦਿਖਾਉਂਦਾ ਮੈਂ ਤੁਹਾਨੂੰ ਇਹਦਾ, ਸਟੇਅਰਿੰਗ ਵੀਲ। ਇਹ ਗੱਡੀ ਦਾ ਸਟੋਕ ਸਟੇਅਰਿੰਗ ਸੀਗਾ ਜੀ ਜੋ ਕੰਪਨੀ ਵੱਲੋਂ ਆਉਂਦਾ ਹੈ। ਠੀਕ ਹੈ, ਹੁਣ ਅਸੀਂ ਸਟੇਅਰਿੰਗ ਜੋ ਇੰਸਟਾਲ ਕਰਿਆ ਉਹ ਦਾ, ਇਹ ਤਾਂ ਲੇਟੈਸਟ ਵਾਲਾ ਆ ਗਿਆ ਹੈ ਨਾ, ਲੇਟੈਸਟ ਸਟੇਅਰਿੰਗ ਵੀਲ ਇਹ ਓਰੀਜਨਲ ਹੈ। ਇਹ ਆਪਣਾ ਜੀ ਰੈਪਲੀਕਾ ਹੁੰਦਾ, ਬਟ ਏਅਰ ਬੈਗ ਜੋ ਇਸਦਾ ਵਰਕਿੰਗ ਹੁੰਦਾ, ਪਲੱਸ ਪਲੱਗ ਐਂਡ ਪਲੇ ਸੈਟਅਪ ਹੈਗਾ BMW ਤੇ, ਜ਼ੀਰੋ ਐਰਰ ਦੇ ਨਾਲ ਤੁਹਾਨੂੰ ਇੰਸਟਾਲੇਸ਼ਨ ਮਿਲੂਗੀ। ਠੀਕ ਹੈ, ਅਤੇ ਬਾਕੀ ਬਾਈ ਹੁਣ ਮੈਂ ਅੰਦਰ ਬਹਿ ਹੀ ਜਾਣਾ ਮਾੜਾ ਜਿਹਾ, ਵੈਸੇ ਮੇਰੇ ਲੱਗਦਾ ਮੈਨੂੰ ਵੀ ਬਹਿਣਾ ਚਾਹੀਦਾ ਵਾ। ਬਾਈ ਇਹ ਪ੍ਰੋਪਰ ਇਹ ਵੀ ਚੇਂਜ ਕੀਤੀ ਹੈ, ਕਿਉਂਕਿ ਮੈਨੂੰ ਸਕਰੀਨ ਆ ਬਾਈ, ਤੁਸੀਂ ਹੁਣ ਇਸ ਮੋਟੇ ਮੋਟੇ ਚੀਜ਼ਾਂ ਦੇਖ ਸਕਦੇ ਹੋ ਵੀ ਇਹ ਇਹਦੇ ਪੁਰਾਣੇ ਮੀਟਰ ਸੀ, ਆਹ ਬਾਈ ਨੇ ਨਵਾਂ ਡਿਸਟਲ ਪਾਤਾ, ਇਹ ਇਹਦਾ ਇੱਥੇ ਵਾਲਾ ਸੈਟਅਪ ਸੀ। ਠੀਕ ਹੈ, ਇਹ ਬਾਈ ਨੇ ਇਹ ਵੀ ਨਵਾਂ ਪਾਤਾ। ਠੀਕ ਹੈ, ਇਹ ਗੇਅਰ ਨੋਬ ਸੀ। ਠੀਕ ਹੈ, ਇਹ ਪੁਰਾਣੇ ਵਾਲੀ ਗੇਅਰ ਨੋਬ ਸੀ, ਆਹ ਬਾਈ ਨੇ ਨਵੀਂ ਪਾਤੀ, ਇਹ ਲੇਟੈਸਟ ਵਾਲੀ ਆ, ਹੈ ਨਾ। ਇਹ ਲੇਟੈਸਟ ਹੈ ਜੀ, ਕ੍ਰਿਸਟਲ ਗੇਅਰ ਨੋਬ। ਯਾਰ ਇਹ ਤਾਂ ਸਾਰਾ ਤੁਸੀਂ ਇੰਟੀਰੀਅਰ ਹੀ ਬਦਲਤਾ ਇਹਦਾ ਬੇਸਿਕਲੀ। ਜੀ, ਆ ਯਾਰ ਡਿਸਟਲ ਵਾਲਾ ਆ ਗਿਆ ਬਾਈ, ਇਹ ਫਿਰ ਇਹਦੇ ਨਾਲ ਲਾਈਕ ਐਰਰ ਵਗੈਰਾ ਨਹੀਂ ਆਉਂਦੀ ਬਾਈ? ਕੋਈ ਐਰਰ ਨਹੀਂ ਹੈਗਾ, ਤੁਸੀਂ ਚੈੱਕ ਕਰ ਸਕਦੇ ਹੋ, ਵੀਅਰਸ ਨੂੰ ਵੀ ਦਿਖਾ ਸਕਦੇ ਹੈ ਬਾਈ। ਇਹ ਤੁਸੀਂ ਦੇਖ ਸਕਦੇ ਹੋ ਸਾਰਾ ਸੈਟਅਪ ਬਾਈ, ਤੇ ਇਹਦੇ ਵਿੱਚ ਵੀ ਲਾਈਟਸ ਜਗਦੀਆਂ ਸ਼ਾਇਦ, ਹੈ ਨਾ। ਹਾਂਜੀ ਹਾਂਜੀ, ਇਹ ਆਪਣਾ ਇਹਦੇ ਥੀਮਸ ਵਗੈਰਾ ਤੁਸੀਂ ਚੇਂਜ ਕਰ ਸਕਦੇ ਹੋ ਜਿੱਦਾਂ ਵੀ ਇਹ ਸੈਟਅਪ। ਅੱਛਾ, ਸਾਰਾ ਹੀ ਹੋ ਜੂਗਾ, ਮਤਲਬ ਵਰਕਿੰਗ ਹੈ ਸਾਰਾ ਹੀ। ਜੀ ਜੀ, ਤੇ ਬਾਈ ਇਹ ਸਾਰਾ ਸੈਟਅਪ ਬਾਈ ਨੇ ਇਹਦੇ ਵਿੱਚ ਨਵਾਂ ਅਪਗ੍ਰੇਡ ਕਰਤਾ, ਤੇ ਪਲੱਸ ਇਹਨੂੰ ਪਿਆਨੋ ਇਹ ਉਹ ਕੀਤਾ ਵਾ ਆਪਾਂ, ਹਾਈਡੋ ਡਿਪਿੰਗ ਕੀਤੀ ਹੋਈ ਹੈ ਨਾਲ, ਹੈ ਨਾ। ਇਹ ਗੱਡੀ ਸਟਾਰਟ ਕਰਕੇ ਤੁਸੀਂ ਵਿਊਅਰਸ ਨੂੰ ਦਿਖਾ ਸਕਦੇ ਹੋ ਸਟੀਅਰਿੰਗ ਵੀਲ। ਇਹ ਬਾਈ ਤੁਸੀਂ ਦੇਖ ਸਕਦੇ ਹੋ ਸਟੀਅਰਿੰਗ ਵੀਲ ਵੀ ਤਾਂ ਸਾਰਾ ਇਹਦਾ ਅਪਗ੍ਰੇਡੇਸ਼ਨ ਬਾਈ। ਇੱਥੇ ਤੁਹਾਡਾ ਆਪਣਾ ਡਿਟੇਲਸ ਆ ਰਹੀਆਂ ਸਪੀਡੋਮੀਟਰ ਦੀਆਂ, ਕੱਪੜੇ ਰੂਫ ਵੀ ਇਹ ਚ। ਹੁਣ ਮੈਨੂੰ ਇਹ ਗੱਲ ਦੱਸੋ ਵਿੱਚ ਹੋਰ ਅੰਦਰੋਂ ਕੀ ਕੀ ਕੀਤਾ ਹੈ? ਇਸ ਚ ਅੰਦਰੋਂ ਤੁਹਾਨੂੰ ਆਲ ਓਵਰ ਇੰਟੀਰੀਅਰ ਦਿਖ ਜੂਗਾ, ਆਪਣਾ ਬਰਗੰਡੀ ਕਲਰ ਤੇ ਪਲੱਸ ਬਲੈਕ। ਹਾਂ, ਇਹਦੇ ਕਲਰ ਨੂੰ ਕੀ ਕਹਿੰਦੇ ਆ ਸੀਟਾਂ ਦੇ ਨੂੰ? ਬਈ ਇਹ ਬਰਗੰਡੀ ਕਲਰ ਹੈਗਾ, ਇਹ M Sport ਦਾ ਕਲਰ ਹੈ BMW ਦਾ। ਅੱਛਾ, ਉਹ ਵਾਲਾ, ਠੀਕ ਹੈ। ਤੇ ਆਪਾਂ ਸਾਰੇ ਸੀਟ ਕਵਰ ਵਗੈਰਾ ਵੀ, ਤੇ ਇਹ ਸਾਰਾ ਥੀਮ ਨਾਲ ਕੀਤਾ, ਹੈ ਨਾ, ਜਿੰਨੀ ਵੀ ਥੀਮ ਵਿਦ ਕਾਰਬਨ ਫਾਈਬਰ ਡਿਟੇਲਿੰਗ। ਠੀਕ ਹੈ, ਹਾਂਜੀ, ਕਾਰਬਨ ਫਾਈਬਰ, ਇਹ ਓਰੀਜਨਲ ਕਾਰਬਨ ਫਾਈਬਰ ਦਾ ਸਟੀਅਰਿੰਗ ਹੈਗਾ। ਅੱਛਾ, ਕੀ ਬਾਤ ਹੈ। ਓਕੇ, ਹਾਂਜੀ, ਵਿਦ ਪੈਡਲ ਸ਼ਿਫਟਰ ਇਸ ਚ ਇੰਸਟਾਲ ਕਰੇ ਆ, ਇਹ ਵੀ ਵਰਕਿੰਗ ਕਰਤੇ, 525 ਜਾਂਦੇ ਨਹੀਂ ਹੈਗੇ। ਅੱਛਾ, ਜਾਂਦੇ ਨਹੀਂ ਹੈਗੇ, ਠੀਕ ਹੈ। ਤੇ ਬਾਈ ਜਿੱਦਾਂ ਹੁਣ ਆਹ ਚੀਜ਼ਾਂ ਨੇ, ਠੀਕ ਹੈ, ਇਹ ਆਪਾਂ ਪੇਂਟ ਕੀਤਾ ਹੈ ਜਾਂ ਕੀ ਹੈ? ਲੈਦਰ ਰੈਪ ਕੀਤਾ ਹੈ, ਪੋਲੀਯੂਰੀਥੀਨ ਪੇਂਟ ਕਰਿਆ, ਜਿਹੜੀ ਸਰਫੇਸ ਹੈ, ਜਿੱਦਾਂ ਇਹ ਸਰਫੇਸ ਹੈ ਇਸ ਤੇ ਪੇਂਟ ਲਈ ਲਾਇਕ ਸੀਗੀ, ਪੇਂਟ ਕੀਤਾ, ਜਿੱਥੇ ਲੈਦਰ ਹੋਇਆ ਹੋਇਆ ਸਰ ਉੱਥੇ ਲੈਦਰ ਕਰਿਆ, ਆਹ ਲੈਦਰ ਕਰਿਆ ਤੁਸੀਂ, ਹੈ ਨਾ। ਇਸ ਕਰਕੇ ਬਾਈ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਪ੍ਰੋਪਰ, ਤੁਸੀਂ ਇਹ ਦੇਖ ਸਕਦੇ ਹੋ, ਗੇਅਰ ਨੋਬ ਦੇਖ ਸਕਦੇ ਹੋ ਬਾਈ, ਤੁਸੀਂ ਦੇਖ ਸਕਦੇ ਸਾਰਾ ਬਾਈ ਹੁਣਾਂ ਨੇ ਇਹ ਬੜਾ ਵਧੀਆ ਕਰਤਾ, ਠੀਕ ਹੈ। ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਸਾਰਾ ਕੁਛ ਹੀ ਲਗਜ਼ਰੀ ਫੀਲ ਹੁਣ ਇਹਦੇ ਵਿੱਚ ਲੈ ਸਕਦੇ ਹੋ, ਗੱਡੀ 'ਚ ਕੋਈ ਉਹ ਜਿਹੀ ਕਸਰ ਨਹੀਂ, ਅਤੇ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਕਿੱਦਾਂ ਸਾਫ਼ ਕੰਮ ਹੋਇਆ ਸਾਰਾ, ਠੀਕ ਹੈ। ਇਸ ਕਰਕੇ ਜਿੱਦਾਂ ਦੇ ਤੁਸੀਂ ਪੈਸੇ ਲਾਉਂਦੇ ਹੋ ਕੁਛ ਵੀ ਕਰਦੇ ਹੋ, ਥੱਲੇ ਵਾਲੇ ਵੀ ਆਪਾਂ ਚੇਂਜ ਕੀਤੇ ਬਾਈ? ਸਰ, ਇਹਦੇ ਮੈਟ ਪਾਉਣੇ, ਮੈਟ ਇਹਦੇ ਕਸਟਮ ਹੋ ਰਹੇ ਆ, ਰੈਡ ਡਿਟੇਲਿੰਗ ਦੇ ਨਾਲ, ਠੀਕ ਹੈ।
ਤੇ ਬਈ ਇਸ ਇਹ ਵੀ ਆਪਣੇ ਫੀਚਰਸ ਕੰਮ ਕਰਦੇ ਫਿਰ ਸੀਟਾਂ ਦੀ ਇਹ ਕਲਾਈਮੇਟ ਕੰਟਰੋਲ ਸਕਰੀਨ ਹੈਗੀ ਹੈ ਬੇਸਿਕਲੀ ਏਸੀ ਕੰਟਰੋਲ ਕਰਦੀ ਹੈ ਹੁਣ ਤੁਹਾਨੂੰ ਇੱਥੇ ਟੱਚ ਕਰੋਗੇ ਤੁਹਾਨੂੰ ਸੀਟ ਤੇ ਥੱਲੇ ਇਹ ਤੁਹਾਡੇ ਉੱਪਰ ਹੈਡਰੈਸਟ ਤੇ ਏਅਰ ਹੋ ਗਈ ਸ਼ਿਫਟ ਪਲੱਸ ਹੋਰ ਵੀ ਇਸ 'ਚ ਕਾਫੀ ਆਪਣਾ ਸਾਰੇ ਹੀ ਵਰਕਿੰਗ ਨੇ ਸਾਰਾ ਕੁਛ ਜਿਹੜੇ ਕਿਤੇ ਫੀਚਰ ਆਉਂਦੇ ਨੇ ਬੇਸਿਕਲੀ ਆਪਣਾ ਥੀਮ ਚੇਂਜ ਕਰ ਲਓ ਜਿੱਦਾਂ ਤੁਹਾਨੂੰ ਕਲਰ ਪਸੰਦ ਹੈ ਉਹ ਕਲਰ ਦਾ ਕਰ ਲਓ ਠੀਕ ਹੈ ਸੇਮ ਇਹਦਾ ਆਪਾਂ ਉਹਨਾਂ ਐਪ ਨਹੀਂ ਕਰ ਸਕਦੇ ਹਨਾ ਇਹ ਆਪਣੀ ਐਪ ਕੰਟਰੋਲਡ ਹੈਗੀ ਹੈ ਜੀ ਠੀਕ ਹੈ ਐਕਚੁਅਲੀ ਇਹ ਵੌਇਸ ਕੰਟਰੋਲਡ ਹੈਗੀ ਹੈ ਲੇਟੈਸਟ ਬਿਲਕੁਲ ਠੀਕ ਹੈ ਇਹ ਜੇ ਕਿਸੇ ਨੇ ਆਮ ਗੱਡੀ 'ਚ ਵੀ ਲਵਾਉਣੀ ਹੋਵੇ ਤਾਂ ਕਿੰਨੇ ਦੀ ਲੱਗ ਜਾਂਦੀ ਹੈ ਸ਼ੁਰੂ ਹੋ ਜਾਂਦੀ ਹੈ ਡਿਪੈਂਡ ਕਰਦਾ ਹੈ ਆਪਣਾ 6 ਤੋਂ 7000 ਤੋਂ ਸ਼ੁਰੂ ਹੋ ਜਾਂਦੀ ਹੈ ਬੇਸਿਕਲੀ ਮਾਡਲਸ ਕਾਫੀ ਆ ਗਏ ਠੀਕ ਹੈ ਇਹ 360 ਆਪਣੇ ਕੈਮਰੇ ਲੱਗੇ ਹੋਏ ਹਨਾ ਇਹ ਬਾਈ ਤੁਸੀਂ ਦੇਖੋ ਸਾਰੀ ਗੱਡੀ ਕਵਰ ਅਪ ਹੁੰਦੀ ਹੈ ਇਹ ਬੜੀ ਵਧੀਆ ਚੀਜ਼ ਅੱਜ ਕੱਲ੍ਹ ਹਰੇਕ ਬੰਦੇ ਨੂੰ ਚਾਹੀਦੀ ਹੈ ਵੈਸੇ ਸਪੈਸ਼ਲੀ ਜਦੋਂ ਕੋਈ ਲੇਡੀਜ਼ ਚਲਾਉਂਦੀਆਂ ਨੇ ਗੱਡੀ ਤੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਏਸੀ ਦਾ ਹੁੰਦਾ ਵੀ ਗੱਡੀ ਦਿਖਦੀ ਰਵੇ ਤੇ ਚਲੋ ਇਹ ਵੀ ਫਰਕ ਹੈ ਤੇ ਬਾਕੀ ਇਹ ਆਪਣੇ ਕੋਲ ਇਹ ਵੀ ਲਾਈਕ ਮਿਲ ਜਾਂਦੇ ਆ ਸਾਰੇ ਕੈਮਰੇ ਵਗੈਰਾ ਹਾਂਜੀ ਡੈਸ਼ ਕੈਮਸ ਵੀ ਸਾਡੇ ਕੋਲ ਅਵੇਲੇਬਲ ਹੁੰਦੇ ਸਾਰੇ ਮਿਲ ਜਾਂਦੇ ਹਨਾ ਤੇ ਇਸ ਕਰਕੇ ਬਾਈ ਇਹ ਬਹੁਤ ਹੀ ਸੋਹਣੀ ਸੱਚੀ ਤਿਆਰ ਹੋਈ ਹੈ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਹੈ ਤੇ ਹੁਣ ਮੇਬੀ ਅਸੀਂ ਵੀ ਕੁਝ ਨਵਾਂ ਸੋਚਦੇ ਹਾਂ ਆਪਣੀ ਫਾਰਚੂਨਰ ਸਟੀਅਰਿੰਗ ਤੇ ਵੈਸੇ ਨਵੇਂ ਜਿਹੇ ਆਏ ਨਹੀਂ ਤੇ ਪਰ ਅਸੀਂ ਉਹ ਵੀ ਕੁਝ ਦੇਖਦੇ ਹਾਂ ਕੁਝ ਕਰਦੇ ਕਿਉਂਕਿ ਇਹ ਚੀਜ਼ਾਂ ਅੱਜ ਕੱਲ ਵਧੀਆ ਲੱਗਦੀਆਂ ਤੁਹਾਨੂੰ ਰਿਫਰੈਸ਼ ਫੀਲ ਕਰ ਤੇ ਸੀਟਾਂ ਵੀ ਬਾਈ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਫਿਟਿੰਗ ਨਾਲ ਸਾਰਾ ਕੁਝ ਨੂੰ ਓਰੀਜਨਲ ਲੁੱਕ ਦੇ ਵਿੱਚ ਹੀ ਗੱਡੀ ਨੂੰ ਤਿਆਰ ਕੀਤਾ ਗਿਆ ਪਿੱਛੋਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਸਾਰੀ ਆਪਾਂ ਇਹਦੀ ਬੈਕ ਆਉਂਦੀ ਆ ਸਾਰੀ ਹਾਂਜੀ ਐਂਬੀਐਂਟ ਲਾਈਟ ਆਪਣੀ ਇੰਸਟਾਲ ਕਰੀ ਹੋਈ ਹੈਗੀ ਹੈ ਜਿਹੜੀ ਆਪਾਂ ਆਪਣੀ ਗੱਡੀ 'ਚ ਵੀ ਯੂਜ਼ ਕਰ ਲਈ ਹੋਈ ਹੈ ਹਾਂ ਬਾਈ ਇਹ ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਹਰੇਕ ਗੱਡੀ 'ਚ ਲੱਗ ਜਾਂਦੀ ਹੈ ਪਿਛਲੀ ਬੈਕ ਸੀਟਸ ਵਗੈਰਾ ਇਹਦੀਆਂ ਆ ਗਈਆਂ ਇਹ ਸਕਰੀਨਸ ਵਗੈਰਾ ਫਿਰ ਸਕਰੀਨਸ ਵਰਕਿੰਗ ਹੈ ਸਰ ਇਹ ਮਲਟੀਮੀਡੀਆ ਹੈਡਰੈਸਟ ਮੋਨੀਟਰਸ ਹੈਗੇ ਹੈ ਅੱਛਾ ਉਹਦੇ ਨਾਲ ਹੈ ਹਾਂਜੀ ਇੰਡੀਵਿਜੂਅਲ ਦੋਨੋਂ ਆਪਣਾ ਯੂਟਿਊਬ ਬੇਸ ਹੈਗੀਆਂ ਇਹ ਸਾਰਾ ਚੱਲ ਜਾਂਦਾ ਹਾਂਜੀ ਹਾਂਜੀ ਐਂਡਰੋਇਡ ਬੇਸ ਹੈਗੀਆਂ ਜੋ ਮਰਜ਼ੀ ਐਪਲੀਕੇਸ਼ਨ ਤੁਸੀਂ ਚਲਾਓ ਨੈਟਫਲਿਕਸ ਚਲਾਓ ਜੋ ਸਾਰਾ ਕੁਝ ਚੱਲ ਜਾਂਦਾ ਇਸ ਤੇ ਹੁਣ ਜਿਹੜੀ ਮੋਟੀ ਜੀ ਗੱਲ ਹੈਗੀ ਆ ਬਾਈ ਹੁਣ ਮੈਨੂੰ ਇਹ ਦੱਸੋ ਵੀ ਚਲੋ ਆਪਾਂ ਗੱਡੀ ਦਾ ਦਿਖਾਤੀ ਕਿਉਂਕਿ ਹਰੇਕ ਬੰਦੇ ਦੀ ਆਪਣੀ ਚੁਆਇਸ ਹੁੰਦੀ ਆ ਉਹਦੇ ਲਈ ਤੁਹਾਨੂੰ ਉਹ ਕਾਲ ਵੀ ਜ਼ਰੂਰ ਕਰ ਲਿਓ ਬਾਈ ਜਿਹੜੇ ਨੇ ਕੋਈ ਗੱਡੀ ਕਿਸੇ ਵੀ ਗੱਡੀ ਨੂੰ ਕਰਾਉਣਾ ਹੋਵੇ ਕੁਛ ਵੀ ਐਨੀਥਿੰਗ ਪਰ ਹੁਣ ਮੈਨੂੰ ਇੱਕ ਮੋਟਾ ਜਿਹਾ ਦੱਸਿਓ ਵੀ ਇਹ ਸਾਰੇ ਕੰਮ ਕਰਦੇ ਨੂੰ ਕਿੰਨਾ ਟਾਈਮ ਲੱਗਿਆ ਇਸ ਗੱਡੀ ਨੂੰ ਸਾਨੂੰ ਅਰਾਊਂਡ ਪਾਰਟਸ ਦੇ ਉੱਤੇ ਵੈਰੀ ਹੁੰਦਾ ਟਾਈਮਲੀ ਮੇਜਰ ਜੇ ਪਾਰਟਸ ਜਲਦੀ ਅਰੇਂਜ ਹੋ ਜਾਣ ਤਾਂ ਇਹ ਕੰਮ ਅਸੀਂ ਹਫ਼ਤੇ 10 ਦਿਨ 'ਚ ਕਰ ਸਕਦੇ ਹਾਂ ਅਤੇ ਉਹਦਾ ਮਹੀਨਾ ਕੁ ਵੀ ਲੱਗ ਸਕਦਾ ਇਸ ਗੱਡੀ ਨੂੰ ਟਾਈਮ ਲੱਗ ਗਿਆ ਸਾਨੂੰ 20 ਤੋਂ 25 ਦਿਨ ਕਿਉਂਕਿ ਇਹਦਾ ਜੋ ਪੈਡਲ ਸ਼ਿਫਟ ਸਟੇਅਰਿੰਗ ਲੱਗਿਆ ਉਹ ਤੁਹਾਨੂੰ ਟਾਈਮ ਲੱਗ ਗਿਆ ਕਿਉਂਕਿ ਉਹ ਆਮ ਤਾਂ ਉਹ ਮਿਲਦਾ ਨਹੀਂ ਹੋਣਾ ਠੀਕ ਹੈ ਉਹ ਕੋਸਟ ਵੀ ਕਾਫੀ ਕਰਦਾ ਹੋਣਾ ਉਹ ਕੋਸਟ ਅਰਾਊਂਡ ਜਿੱਦਾਂ ਹੁਣ ਐਗਜ਼ਾਮਪਲ ਲਾਈਏ ਸਟੇਅਰਿੰਗ ਦੀ ਉਹ ਇਕੱਲਾ ਸਟੇਅਰਿੰਗ ਹੀ ਅਰਾਊਂਡ 1 ਲੱਖ ਦਾ ਹੈ ਕਿਆ ਬਾਤ ਹੈ ਤੇ ਫਿਰ ਬਾਈ ਸਾਰੀ ਗੱਡੀ ਦੇ ਕਿੰਨਾ ਖਰਚਾ ਆ ਗਿਆ ਬੇਸਿਕਲੀ ਗੱਡੀ ਤੇ ਅਰਾਊਂਡ ਸਰ ਇਹਦੇ ਐਕਸਪੈਂਸ ਆਇਆ ਹੋਇਆ 6 ਤੋਂ 7 ਲੱਖ ਰੁਪਏ ਜਿਹੜਾ ਆਪਾਂ ਕੰਮ ਕੀਤਾ ਹੈ ਨਾ ਆਈਡੀਆ ਤੇ ਜਿਹੜੇ ਟਾਇਰ ਲਾਏ ਉਹ ਐਕਸਟਰਾ ਬਾਹਰੋਂ ਪਾਏ ਹੈ ਨਾ ਉਹਨੇ ਪਾਏ ਅਗਲੇ ਹਾਂਜੀ ਹਾਂਜੀ ਉਹ ਵੱਖਰੇ ਇਸ ਕਰਕੇ ਬਾਈ ਇਹ ਜਿਹੜੀ 5 ਤੋਂ 6 ਲੱਖ ਰੁਪਏ 'ਚ ਬਾਈ ਨੇ ਕਿਹਾ ਵੀ ਤੁਸੀਂ ਗੱਡੀ ਆਪਣੀ ਇਹਨੂੰ ਨਵੀਂ ਅਪਗ੍ਰੇਡ ਕਰ ਸਕਦੇ ਹੋ ਅਤੇ ਜਿਹੜਾ ਬੰਦਾ ਆਪਣੀ ਗੱਡੀ ਨੂੰ ਨਹੀਂ ਸੇਲ ਆਊਟ ਕਰਦਾ ਇੱਦਾਂ ਹੀ ਫਾਰਚੂਨਰਸ ਵਗੈਰਾ ਜਾਂ ਹੋਰ ਕਰਦੇ ਉਹ ਵੀ ਬਾਈ ਹੁਣੀ ਇੱਥੇ ਕਰੀ ਜਾਂਦੇ ਆ ਉਹਦੇ ਤੁਸੀਂ ਕੰਟੈਕਟ ਕਰ ਲਿਓ ਬਾਕੀ ਬਾਈ ਸੱਚੀ ਬਹੁਤ ਹੀ ਸੋਹਣੀ ਤਿਆਰ ਹੋਈ ਹੈ ਵੈਸੇ ਮੈਨੂੰ ਵਧੀਆ ਲੱਗਿਆ ਤੇ ਕਿਉਂਕਿ ਆਪਾਂ ਵੈਸੇ ਬਾਈ ਹੁਣੀ ਕਰਦੇ ਰਹਿੰਦੇ ਪਰ ਲਗਜ਼ਰੀ ਸੈਗਮੈਂਟ ਵੱਲ ਮੈਂ ਘੱਟ ਜਾਂਦਾ ਸੀ ਪਰ ਹੁਣ ਮੈਂ ਸੋਚਿਆ ਵੀ ਬਾਈ ਕਹਿੰਦਾ ਡਿਮਾਂਡ ਵਧੀ ਹੈ ਕਿ ਲੋਕ ਉਹ ਵੀ ਆਉਂਦੇ ਨੇ ਵੀ ਸਾਡੀ ਮਰਸਡੀਜ਼ ਆਪਾਂ ਹੋਰ ਵੀ ਬ੍ਰਾਂਡ ਨੂੰ ਕਰ ਦਿੰਦੇ ਹਾਂ ਵੈਸੇ ਹਾਂਜੀ ਹਾਂਜੀ ਸਰ ਕਿਟਸ ਜਿਹੜੇ ਜ਼ਿਆਦਾਤਰ ਸਾਰੀ ਗੱਡੀਆਂ ਦੀ ਅੱਜ ਕੱਲ੍ਹ ਕਿਟਸ ਅਵੇਲੇਬਲ ਸਾਰੀਆਂ ਅਵੇਲੇਬਲ ਹੈਗੀਆਂ ਠੀਕ ਹੈ ਉਹ ਥੋੜਾ ਆਫਟਰ ਕੋਵਿਡ ਕਿਟਸ ਦਾ ਜਨਰੇਸ਼ਨ ਚੱਲ ਪਈ ਹੈ ਜ਼ਿਆਦਾ ਟ੍ਰੈਂਡ ਚੱਲ ਪਿਆ ਰੈਵੋਲੂਸ਼ਨ ਜੀ ਆ ਗਈ ਇੱਕ ਤਰ੍ਹਾਂ ਦੇ ਕਿਟ ਚੇਂਜ ਕਰਾਉਣ ਦੇ ਪਹਿਲੇ ਜਿਹੜਾ ਕੋਵਿਡ ਵਾਹੀਕਲ ਉਦਾਂ ਦੇ ਵਾਹੀਕਲਸ ਵੀ ਨਹੀਂ ਆ ਰਹੇ ਹੈਗੇ ਜਿੱਦਾਂ ਪਹਿਲਾਂ ਆਪਣਾ ਪਾਵਰਫੁਲ ਵਾਹੀਕਲ ਆਉਂਦੇ ਸੀਗੇ ਉਹ ਨਹੀਂ ਆ ਰਹੇ ਅੱਜ ਕੱਲ੍ਹ ਜ਼ਿਆਦਾਤਰ ਵੱਡੀ ਵੱਡੀ ਕੰਪਨੀਜ਼ ਵੀ ਆਪਣਾ ਓਡੀ ਵਗੈਰਾ ਵੀ ਪੈਟਰੋਲ ਵਗੈਰਾ 'ਚ ਇੰਜਨ ਆ ਗਏ ਇਹਨਾਂ ਦੇ ਹੁਣ ਪਾਵਰਫੁਲ ਇੰਜਨਸ ਹੈਗੇ ਆ ਟਵਿਨ ਟਰਬੋ ਇੰਜਨ ਹੈ ਤਾਂ ਜੇ ਤੁਹਾਡੇ ਕੋਲ ਗੱਡੀ ਹੈਗੀ ਹੈ ਸਰ ਘੱਟ ਚਲੀ ਹੋਈ ਹੈ ਤਾਂ ਇਹਨੂੰ ਜ਼ਰੂਰ ਮੇਨਟੇਨ ਕਰਕੇ ਰੱਖੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਇਹ ਗੱਲ ਤਾਂ ਪੱਕੀ ਬਣਦੀ ਹੈ ਕਿ ਗੱਡੀਆਂ ਅੱਜ ਕੱਲ੍ਹ ਹਰੇਕ ਦੀ ਜਾਨ ਹੈ ਅਤੇ ਬਾਕੀ ਮੈਂ ਕਹਿੰਦਾ ਆਪਾਂ ਨਾਲ ਅੱਜ ਗਰਾਜ ਦਾ ਵੀ ਗੇੜਾ ਕੱਢ ਲਈਏ ਹੈ ਨਾ ਕਾਫੀ ਟਾਈਮ ਹੋ ਗਿਆ ਨਹੀਂ ਕੱਢਿਆ ਆਓ ਤੁਹਾਨੂੰ ਗਰਾਜ ਵੀ ਵਿਖਾਉਂਦੇ ਹਾਂ ਆਜੋ ਨਾਲ ਹੀ ਸਿਗਲੀ ਬਾਈ ਇਹ ਤਾਂ ਸਾਡੇ ਵਾਲੀ ਲੱਗੀ ਹੋਈ ਹੈ ਜਿਹਦੀ ਕਿ ਲਾਈਕ ਬਾਈ ਹੁਣਾਂ ਨੇ ਇਹਨੂੰ ਸਿਗਮਾ 4 'ਚ ਕਨਵਰਟ ਕਰਕੇ ਦਿੱਤਾ ਸੀ ਤੇ ਬਹੁਤ ਸੋਹਣੀ ਚੱਲ ਰਹੀ ਹੈ ਜਿਹੜੇ ਬੰਦੇ ਪੁੱਛਦੇ ਰਹਿੰਦੇ ਨੇ ਤੇ ਇਹ 'ਚ ਕੋਈ ਇਸ਼ੂ ਨਹੀਂ ਹੈਗਾ ਇਹ ਬਾਈ ਆਪਾਂ ਫਿਰ ਕਿਹੜੀ ਕਨਵਰਟ ਕਰੀ ਜਾਂਦੇ ਹਾਂ ਬਾਈ ਆਪਣਾ ਲੈਜੈਂਡਰ ਕਨਵਰਟ ਹੋ ਰਹੀ ਹੈ ਅੱਛਾ ਤੇ ਬਾਈ ਇਹ ਲਾਈਟਾਂ ਜਿਹੜੀਆਂ ਮੈਨੂੰ ਬੜੇ ਜਣੇ ਕਈ ਵਾਰੀ ਕਮੈਂਟਾਂ 'ਚ ਵੀ ਪੁੱਛਦੇ ਨੇ ਕਿ ਇਹ ਜਿਹੜੀਆਂ ਲਾਈਟਸ ਨੇ ਇਹ ਇਹਦੇ 'ਚ ਵੀ ਲੱਗ ਸਕਦੀਆਂ ਸੀ ਵੈਸੇ
ਇਹ ਲਾਈਟਸ ਇਸ 'ਚ ਲੱਗ ਜੂਗੀ ਸਰ, ਫਿਰ ਇੱਕ ਆਊਟ ਆਫ ਪਲੈਟਫਾਰਮ ਮਾਡਲ ਤਿਆਰ ਹੋ ਜੂਗਾ। ਅੱਛਾ, ਵੱਖਰਾ ਹੀ ਹੋ ਜੂਗਾ ਹਨਾ, ਵੀ ਲਾਈਟਾਂ ਹੈ ਹੀ ਇਹਦੀਆਂ ਨੇ। ਹਾਂਜੀ ਹਾਂਜੀ, ਠੀਕ ਹੈ। ਇਸ ਕਰਕੇ ਬਾਈ ਇਹਦਾ ਕਿੱਟ ਦਾ ਰੇਟ ਵਧਿਆ ਘਟਿਆ ਕੋਈ ਕਿ ਓਨਾ ਹੀ ਹੈ? ਫਲੈਕਚੁਏਸ਼ਨ ਹੁੰਦੀ ਰਹਿੰਦੀ ਹੈ ਸਟੋਕ ਦੇ ਹਿਸਾਬ ਨਾਲ, ਥੋੜਾ ਫਰਕ ਪੈਂਦਾ। ਹਾਂਜੀ ਹਾਂਜੀ, ਠੀਕ ਹੈ। ਇਸ ਕਰਕੇ ਬਾਈ ਇਹ ਵੀਅਰਸ ਨੂੰ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ ਨਾਲ ਦੀ ਨਾਲ। ਨਹੀਂ ਠੀਕ ਹੈ, ਇੰਸਟਾਗ੍ਰਾਮ ਪੇਜ ਤੇ ਅਪਡੇਟ। ਇਹ ਬਾਈ ਐਂਬੈਸਡਰ ਦਾ ਕੀ ਕਰੀ ਜਾਂਦੇ ਆ? ਬਾਈ ਐਂਬੈਸਡਰ ਹੋਣੀ ਹੈ ਕੰਪਲੀਟ, ਬਾਹਰੋਂ ਪੇਂਟ ਹੋ ਗਿਆ, ਅੰਦਰ ਤੋਂ ਇਹਦਾ ਕੰਮ ਚੱਲਣਾ। ਰੀਸਟੋਰ ਹੋ ਰਹੀ ਹੈ ਸਾਰੀ? ਸਾਰੀ ਕੰਪਲੀਟ ਰੀਸਟੋਰ ਹੋ ਰਹੀ ਹੈ ਬਾਈ। ਜੇ ਕਿਸੇ ਨੇ ਕੋਈ ਫੁੱਲ ਗੱਡੀ ਰੀਪੇਂਟ ਕਰਾਉਣੀ ਹੋਵੇ ਹਨਾ, ਵੈਸੇ ਤਾਂ ਦੱਸੇ ਹੋਏ ਪਹਿਲਾਂ ਵਲੌਗ ਦੇ ਵਿੱਚ, ਕਿੰਨਾ ਕੁ ਖਰਚਾ ਅੰਦਾਜ਼ਾ ਆ ਜਾਂਦਾ? ਗੱਡੀ ਤੇ ਗੱਡੀ ਡਿਪੈਂਡ ਕਰਦਾ ਸਰ, ਜਿੱਦਾਂ ਗੱਡੀ ਦੀ ਕੰਡੀਸ਼ਨ ਹੈ, ਹੁਣ ਉਹ ਗੱਡੀ ਕਲੀਅਰ ਹੈ ਸਾਨੂੰ ਕਰਨੇ ਨੂੰ ਈਜ਼ੀ ਹੈ ਜਾਂ ਫਿਰ ਸਾਨੂੰ ਟਾਈਮ ਲੱਗਣਾ, ਸਾਨੂੰ ਉਹ ਡਿਪੈਂਡ ਕਰਦਾ। ਹੁਣ ਜਿੱਦਾਂ ਪੇਂਟ ਜੋਬ ਜੇ ਆਪਾਂ ਨੋਰਮਲ ਜੀ ਗੱਲ ਕਰੀਏ, 35,000 ਤੋਂ ਸ਼ੁਰੂ ਹੋ ਕੇ 70-80,000 ਤੱਕ ਚੱਲ ਜਾਂਦਾ ਕੁਆਲਿਟੀ ਪੇਂਟ ਦੇ। ਕੁਆਲਿਟੀ ਦੇ ਉੱਤੇ ਡਿਪੈਂਡ ਕਰਦਾ ਸਾਨੂੰ ਕਸਟਮਰ ਨੂੰ ਚਾਹੀਦਾ ਕੀ ਹੈ ਤੇ ਅਸੀਂ ਉਹਨੂੰ ਵੱਧੋ ਵੱਧ ਆਪਣੀ ਤਰਫ ਤੋਂ ਕੀ ਦੇ ਸਕਦੇ ਹਾਂ, ਕੀ ਦੇ ਸਕਦੇ। ਇਸ ਕਰਕੇ ਬਈ ਇਹ ਚੀਜ਼ਾਂ ਤੁਸੀਂ ਡਿਸਕਸ ਕਾਲ ਤੇ ਜ਼ਰੂਰ ਕਰੋ ਜਾਂ ਵਿਜ਼ਿਟ ਕਰਿਓ। ਬਾਕੀ ਤੁਸੀਂ ਦੇਖ ਸਕਦੇ ਇੱਧਰ ਪੁਰਾਣੀ ਥਾਰਾਂ ਦੇ ਅਜੇ ਵੀ ਹਾਟ ਟੌਪ ਮੈਟਲ ਟੌਪ ਲਵਾਈ ਜਾਂਦੇ ਬਈ। ਇਹ ਆਪਣਾ ਪੁਰਾਣੀ ਥਾਰਾਂ ਹੁਣ ਜਿੱਦਾਂ ਹੋ ਗਈਆਂ ਤਾਂ ਹੁਣ ਇਹ ਜਿੱਦਾਂ ਹੁੱਡ ਵਗੈਰਾ ਫਟੇ ਹੋਏ ਆ। ਅੱਛਾ, ਉਹ ਕਰੀ ਹੁਣ। ਹਾਂ, ਇੱਕ ਇਹ ਮੇਜਰ ਇੱਥੇ ਪੁਆਇੰਟ ਜ਼ਰੂਰ ਬਣਦਾ ਵੈਸੇ, ਚਲੋ ਇਹ ਲੱਗ ਪਿਆ ਹੀ ਹੋਇਆ। ਬਹੁਤ ਸਾਰੇ ਵਿਊਅਰਸ ਕਈ ਵਾਰੀ ਕਹਿ ਦਿੰਦੇ ਆ ਜੀ ਫਲਾਣੇ ਦਾ ਰੇਟ ਇੰਨਾ, ਉਹਦਾ ਇੰਨਾ, ਇਹਦਾ ਇੰਨਾ, ਸਾਰਾ ਡਿਪੈਂਡ ਇੱਥੇ ਕਰਦਾ ਇਹਦਾ ਪੇਂਟ ਕਿਹੜੀ ਕੁਆਲਿਟੀ ਦਾ ਹੋ ਰਿਹਾ, ਕਿੱਦਾਂ ਦਾ ਹੋ ਰਿਹਾ, ਉਹਦੇ 'ਤੇ ਵੀ ਬਾਈ ਸਾਰਾ ਕੁਝ ਮੈਟਰ ਕਰਦਾ। ਇਸ ਕਰਕੇ ਇਕੱਲਾ ਤੁਸੀਂ ਇਹ ਨਾ ਕੰਪੈਰੀਜ਼ਨ ਕਰਿਆ ਕਰੋ ਕਿ ਫਲਾਣਾ ਕਿੱਟ ਕਿੰਨੇ, ਕਿਉਂਕਿ ਪੇਂਟ 'ਚ ਵੀ ਬੜੀਆਂ ਹੇਰਾ ਫੇਰੀਆਂ ਹੈਗੀਆਂ। ਪੇਂਟ ਹੁਣ ਆਪਣਾ ਪ੍ਰੀਪੇਅਰ ਹੋ ਗਏ, ਇਹ ਪਾਰਟ ਜਾਏਗਾ ਪੇਂਟ ਬੂਥ 'ਚ, ਉੱਥੇ ਤੁਹਾਡਾ ਨੋਨ ਡਸਟ ਫ੍ਰੀ ਪੇਂਟ ਹੋਏਗਾ। ਹੋਏਗਾ, ਠੀਕ ਹੈ, ਠੀਕ ਹੈ ਜੀ, ਅਤੇ ਪ੍ਰੋਪਰ ਮੈਚਿੰਗ ਤੁਹਾਨੂੰ ਪੇਂਟ ਦੀ ਮਿਲੇਗੀ। ਲੇਕਿਨ ਇੱਧਰ ਬਾਈ ਇਹ ਹੋਰ, ਇਹ ਗੱਡੀ ਹੋਰ ਕਨਵਰਟ ਹੋ ਰਹੀ ਹੈ ਕੋਈ? ਹਾਂਜੀ, ਇਹਨੂੰ ਕੀ ਕਰ ਰਹੇ ਹੈ? ਇਹ ਪੁਰਾਣੇ ਵਾਲੀ ਟਾਈਪ 1 ਲੱਗਣ ਦੀ ਹੈ ਇਹ ਬਾਈ ਆਪਣਾ, ਇੱਕ ਇਹ ਬਾਈ ਟਾਈਪ 1 ਮਾਡਲ ਹੈਗੀ ਹੈ ਗੱਡੀ। ਹਾਂ, ਇਹਨੂੰ ਟਾਈਪ 2 ਚ ਕਨਵਰਟ ਕਰ ਰਹੇ ਹਾਂ, ਜਿੱਦਾਂ ਆਪਣੇ ਵਾਲੀ ਸੀਗੀ ਉਹ ਟਾਈਪ 2 ਹਨਾ। ਹਾਂਜੀ ਹਾਂਜੀ, ਠੀਕ ਹੈ, ਓਕੇ। ਤੇ ਬਾਈ ਇਹਦੀ ਅੱਜ ਕੱਲ੍ਹ ਫਿਰ ਕੀ ਕਾਸਟਿੰਗ ਕੁਸਟਿੰਗ ਚੱਲੀ ਜਾਂਦੀ ਹੈ ਕਨਵਰਟਨ ਦੀ? ਐਕਚੁਅਲੀ ਬਾਈ ਜੀ ਹੁਣ ਜਿੱਦਾਂ ਕਿ ਇਹ ਗੱਡੀਆਂ ਵੀ ਘੱਟ ਰਹੀਆਂ, ਉਹਨਾਂ ਕਿੱਟਾਂ ਵੀ ਸਟੋਕ 'ਚ ਪਿੱਛੇ ਡਿਸਟ੍ਰੀਬਿਊਟਰ ਕੋਲ ਘੱਟ ਘੱਟ ਇੰਪੋਰਟ ਹੁੰਦੀ ਹੈ, ਹੁਣ ਇਹ ਵੀ ਥੋੜ੍ਹੇ ਜਿਹੇ ਰੇਟ ਵਧੇ ਹੋਏ ਆ ਇਹਦੇ ਵੀ। ਠੀਕ ਹੈ, ਉਹਦੇ ਠੀਕ ਹੈ। ਹਾਂਜੀ ਹਾਂਜੀ, ਇੱਧਰ ਬਾਈ ਹੋਰ ਨਿੱਕਾ ਮੋਟਾ ਕੰਮ ਚੱਲਦਾ, ਉਹ ਪਿੱਛੇ ਪੇਂਟ ਬੂਥ ਲੱਗਿਆ ਹੋਇਆ ਆਪਾਂ ਅੱਗੇ ਦਿਖਾਇਆ ਸੀ, ਅਤੇ ਅੱਜ ਆਪਾਂ ਵਲੌਗ ਸਿਰਫ ਇੰਨਾ ਕੀ ਬਣਾ ਰਹੇ ਹਾਂ। ਅਤੇ ਵੈਸੇ ਤਾਂ ਉੱਤੇ ਬਾਈ ਦਾ ਪ੍ਰੋਪਰ ਸ਼ੋਰੂਮ, ਲਾਈਟਸ ਵਗੈਰਾ ਤੁਹਾਨੂੰ ਥਾਰ ਦੀ ਅਸੈਸਰੀ, ਜਿਮਨੀ ਦੀ, ਹੈਲੈਕਸ ਦੀ, ਜਾਂ ਕਿਸੇ ਦੀ ਵੀ ਚਾਹੀਦੀ ਹੋਵੇ ਸਾਰਾ ਕੁਛ ਅਵੇਲੇਬਲ। ਹਾਂ, ਦੂਰ ਵਾਲਾ ਬੰਦਾ ਕਾਲ ਕਰਕੇ ਆਵੇ, ਮੈਂ ਇਹ ਕਹਿਣਾ ਚਾਹੁੰਦਾ। ਅਤੇ ਜਸਟ ਅੱਜ BMW ਦਾ ਅਪਡੇਟ ਦੇਣਾ ਸੀ ਤੁਹਾਨੂੰ ਕਿ ਜਿਹੜੀ ਕਿ ਬਾਈ ਹੁਣ ਕਨਵਰਟ ਕੀਤੀ, ਹੋਰ ਵੀ ਇੱਥੇ ਬਹੁਤ ਸਾਰਾ ਕਰ ਰਹੇ ਨੇ, ਜਲਦੀ ਅਪਡੇਟਸ ਵੀ ਦੇਵਾਂਗੇ। ਅਤੇ ਆਪਣੇ ਰਜੀਤ ਬਾਈ ਹੁਣ ਜਲਦੀ ਜਲਦੀ ਵਿਊਅਰਸ ਨੂੰ ਇਹ ਦੱਸ ਦਿਓ ਵੀ ਕਿੰਨੇ ਤੋਂ ਕਿੰਨੇ ਅਵੇਲੇਬਲ ਹੁੰਦੇ ਆ, ਕੀ ਨੰਬਰ ਹੈ, ਕੀ ਲੋਕੇਸ਼ਨ ਹੈ, ਅਤੇ ਕਿੱਦਣ ਆਫ ਹੁੰਦਾ? ਆਪਣਾ ਵੀਕਲੀ ਆਫ ਹੈਗਾ ਜੀ ਸਾਡਾ ਮੰਡੇ ਨੂੰ, ਟਿਊਜ਼ਡੇ ਅਤੇ ਸੰਡੇ ਅਸੀਂ 10 ਵਜੇ ਤੋਂ 7 ਵਜੇ ਤੱਕ ਅਵੇਲੇਬਲ ਹੁੰਦੇ ਹਾਂ। ਮੋਬਾਈਲ ਨੰਬਰ ਸਕਰੀਨ 'ਤੇ ਮੈਂਸ਼ਨ ਹੋ ਹੀ ਰਿਹਾ ਸਾਡਾ, 9988822919191, ਤੁਸੀਂ ਕਾਲ ਕਰ ਸਕਦੇ ਹਾਂ, ਆਪਣੀ ਵਟਸਐਪ 'ਤੇ ਇੰਕੁਆਇਰੀ ਛੱਡ ਸਕਦੇ ਹਾਂ ਆਪਣਾ। ਅਤੇ ਮੈਂ ਵਿਊਅਰਸ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ, ਪਲੀਜ਼ ਪ੍ਰਾਇਰ ਕਾਲ ਕਰਕੇ ਅਪੁਆਇੰਟਮੈਂਟ ਦੇ ਕੇ ਜ਼ਰੂਰ ਪਹੁੰਚਿਓ ਜੀ। ਹਾਂ, ਕਿਉਂਕਿ ਪੰਗਾ ਕੀ ਹੈ ਵੀ ਇੱਥੇ ਰਸ਼ ਪਹਿਲਾਂ ਹੀ ਬੜਾ ਹੁੰਦਾ ਕਈ ਵਾਰੀ, ਅਤੇ ਤੁਹਾਨੂੰ ਡੀਲ ਵੀ ਨਹੀਂ ਕੀਤਾ ਜਾਂਦਾ, ਫਿਰ ਨਾਰਾਜ਼ ਹੋ ਕੇ ਵੀ ਜਾਂਦੇ ਆ। ਤਾਂ ਮੈਂ ਚਾਹੁੰਦਾ ਕਿ ਮੈਂ ਕਿਸੇ ਨੂੰ ਨਾਰਾਜ਼ ਨਾ ਕਰਾਂ, ਹਰ ਕਿਸੇ ਨੂੰ ਮੈਂ ਪ੍ਰੋਪਰ ਸਰਵ ਕਰਾਂ, ਕਿਸੇ ਨੂੰ ਵੈਰੀ ਨਾ ਹੋਏ ਇੱਦਾਂ ਬਈ। ਅਤੇ ਬਾਕੀ ਫੋਨ 'ਤੇ ਹਰੇਕ ਚੀਜ਼ ਦੱਸੀ ਵੀ ਨਹੀਂ ਜਾ ਸਕਦੀ, ਇਹ ਵੀ ਗੱਲ ਜ਼ਰੂਰੀ ਹੈ ਵੀ ਇੱਥੇ ਵਿਜ਼ਿਟ ਕਰਕੇ ਚੀਜ਼ ਨੂੰ ਤੁਹਾਨੂੰ ਵਧੀਆ ਤਰੀਕੇ ਨਾਲ ਅਸੀਂ ਦੱਸ ਸਕਦੇ ਹਾਂ। ਅਤੇ ਬਾਕੀ ਕਿਸੇ ਦੀ ਕੋਈ ਇਨਕੁਆਇਰੀ ਹੋਵੇ ਕਾਲ ਕਰ ਲਓ, ਥੈਂਕ ਯੂ ਸੋ ਮੱਚ ਅਗੇਨ, ਠੀਕ ਹੈ। ਅਤੇ ਮਿਲਦੇ ਹਾਂ ਹੋਰ ਇੱਦਾਂ ਨਵੇਂ ਅਪਡੇਟਸ ਲੈ ਕੇ, ਅਤੇ ਜੇ ਕਿਸੇ ਬਾਈ ਕੋਈ ਰਿਕੁਆਇਰਮੈਂਟ ਵੀ ਹੋਵੇ ਵੀ ਸਾਨੂੰ ਇਹਦੇ ਰਿਲੇਟਡ ਵੀਡੀਓ ਚਾਹੀਦੀ ਹੈ, ਉਹ ਕਮੈਂਟ ਕਰਕੇ ਵੀ ਜ਼ਰੂਰ ਦੱਸੇ, ਅਸੀਂ ਜ਼ਰੂਰ ਟਰਾਈ ਕਰਾਂਗੇ ਉੱਤੇ ਵੀ ਵੀਡੀਓ ਬਣ ਸਕੇ। ਅਤੇ ਬਾਕੀ ਚੈਨਲ ਨੂੰ ਜ਼ਰੂਰ ਫੋਲੋ ਕਰਿਓ ਅਤੇ ਸ਼ੇਅਰ ਕਰਿਓ ਜੇ ਇੱਦਾਂ ਦਾ ਕੰਟੈਂਟ ਹੋਰ ਵੀ ਤੁਹਾਨੂੰ ਚਾਹੀਦਾ। ਅਤੇ ਮਿਲਦੇ ਹਾਂ ਹੋਰ ਇੱਦਾਂ ਨਵੇਂ ਵੀਡੀਓਜ਼ ਲੈ ਕੇ, ਬਾਏ, ਟੇਕ।